ਖਾਊ ਰੰਪਟ ਮਾਜਰਾ, ਪ੍ਰਧਾਨ ਆੜ੍ਹਤੀ ਸ਼ੀਸ਼ਨ ਫਤਿਹਗੜ੍ਹ ਸਾਹਿਬ, ਵਾਈਸ ਪ੍ਰਧਾਨ ਪੰਜਾਬ, ਸੰਤ ਨਿਰਮਲ ਆਸ਼ਰਮ ਡੇਰਾ ਹੰਸਾਲੀ, ਸੱਚਖੰਡ ਬਾਬੀ ਜੀ ਸਿੰਘ ਹੰਸਾਲੀ ਵਾਲੇ, ਬਾਬਾ ਪਰਮ ਸਿੰਘ ਗੱਦੀ ਨਸੀਨ ਉਹਨਾਂ ਦੇ ਟਰੱਸਟੀ, ਅੱਜ ਮੈਂ ਦਿਵਾਲੀ ਅਤੇ ਬੰਦੀ ਛੋੜ ਦਿਵਸ 'ਤੇ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ। ਦਿਵਾਲੀ ਕਿਹ ਤਿਉਹਾਰ ਹੈ? ਰਾਮ ਚੰਦਰ ਭਗਵਾਨ ਜੀ 14 ਸਾਲ ਦਾ ਬਨਵਾਸ ਕੱਟ ਕੇ ਜਦ ਅਯੋਧਿਆ ਵਾਪਸ ਆਏ, ਲੋਕਾਂ ਨੇ ਉਹਨਾਂ ਦੀ ਖੁਸ਼ੀ ਦੇ ਵਿੱਚ ਦੀਪਮਾਲਾ ਕਰਕੇ ਜੋ ਦਿਵਾਲੀ ਦਾ ਤਿਉਹਾਰ ਮਨਾਇਆ, ਇਹ ਖੁਸ਼ੀਆਂ ਭਰਿਆ ਤਿਉਹਾਰ ਹੈ। ਤਿਉਹਾਰ ਸਾਰਿਆਂ ਨੂੰ ਮੈਂ ਮੁਬਾਰਕਾਂ ਦਿੰਦਾ ਵੀ ਸਾਰੇ ਇਲਾਕੇ ਦੇ ਵਿੱਚ, ਦੇਸ਼ 'ਚ, ਵਿਦੇਸ਼ 'ਚ ਸੰਗਤਾਂ ਨੂੰ, ਸਾਰਿਆਂ ਨੂੰ ਇਹ ਦਿਵਾਲੀ ਦਾ ਤਿਉਹਾਰ ਬਹੁਤ ਖੁਸ਼ੀਆਂ ਨਾਲ ਮਨਾਉਣ ਦਾ ਵਧਾਈ ਦਿੰਦਾ।